ਜਲੰਧਰ ਦੇ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਦੀ ਅਗਵਾਈ ਹੇਠ ਵਤਸਲਾ ਗੁਪਤਾ ਆਈਪੀਐਸ ਡੀਐਸਪੀ ਸਥਾਨਕ ਅਤੇ ਅਦਿੱਤਿਆ ਆਈਪੀਐਸ ਅਤੇ ਆਰਏਐਫ ਦੇ ਕਮਾਂਡਰ ਡਿਪਟੀ ਕਮਾਂਡਰ ਨਾਲ ਭਰੀ ਪੁਲਿਸ ਬਲ ਪੈਰਾਮਿਲਟਰੀ ਫੋਰਸ ਅਤੇ ਕਮਿਸ਼ਨਰੇਟ ਦੇ ਹੋਰ ਪੁਲਿਸ ਆਫੀਸਰਸ ਅਤੇ ਥਾਣਾ ਪੁਲਿਸ ਦੇ ਨਾਲ ਇੱਕ ਫਲੈਗ ਮਾਰਚ ਕੱਢਿਆ ਗਿਆ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਜਲੰਧਰ ਕਮਿਸ਼ਨਰ ਨੇ ਆਖਿਆ ਕਿ ਇਹ ਫਲੈਗ ਮਾਰਚ ਸ਼ਹਿਰ ਅਤੇ ਪੰਜਾਬ ਵਾਸੀਆਂ ਨੂੰ ਸੰਦੇਸ਼ ਹੈ ਕਿ ਪੁਲਿਸ ਉਹਨਾਂ ਦੀ ਸੇਵਾ ਲਈ ਹਰ ਵਕਤ ਹਾਜ਼ਰ ਹੈ। ਮਾਹੌਲ ਬਿਲਕੁਲ ਸ਼ਾਂਤ ਹੈ, ਕਿਸੇ ਵੀ ਵਿਅਕਤੀ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਇਸ ਦੌਰਾਨ ਆਮ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਅਫਵਾਹਾਂ ਉੱਪਰ ਬਿਲਕੁਲ ਯਕੀਨ ਨਾ ਕੀਤਾ ਜਾਵੇ ਅਤੇ ਪੁਲਿਸ ਦਾ ਵੱਧ ਤੋਂ ਵੱਧ ਸਹਿਯੋਗ ਕੀਤਾ ਜਾਵੇ। ਅਫਵਾਹਾਂ ਫੈਲਾਉਣ ਵਾਲਿਆਂ ਨੂੰ ਚੇਤਾਵਨੀ ਦਿੰਦੇ ਹੋਏ ਆਖਿਆ ਕਿ ਸ਼ਰਾਰਤੀ ਅਨਸਰਾਂ ਅਤੇ ਅਫਵਾਹ ਫੈਲਾਉਣ ਵਾਲਿਆਂ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ। ਸ਼ਹਿਰ ਵਾਸੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸ਼ਹਿਰ ਭਰ ਵਿੱਚ ਭਾਰੀ ਤਾਦਾਦ ਵਿੱਚ ਨਾਕੇ ਲਗਵਾਏ ਗਏ ਹਨ। ਬਾਹਰੋਂ ਆਉਣ ਜਾਣ ਵਾਲੀਆਂ ਕਾਰਾਂ, ਗੱਡੀਆਂ, ਬੱਸਾਂ ਅਤੇ ਹੋਰ ਵਾਹੀਕਲਾਂ ਦੀ ਬਰੀਕੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ। ਮਕਸਦ ਹੈਗਾ ਪੰਜਾਬ 'ਚ ਲੋਅ ਐਂਡ ਆਰਡਰ ਨੂੰ ਮੇਨਟੇਨ ਕਰਨ ਵਾਸਤੇ ਪੰਜਾਬ ਪੁਲਿਸ ਸਕਸਮ ਹੈਗੀ ਹੈ। ਕਿਸੇ ਵੀ ਕੀਮਤ 'ਤੇ ਪੰਜਾਬ ਦਾ ਜਿਹੜਾ ਲੋਅ ਐਂਡ ਆਰਡਰ ਹੈ ਉਹ ਮੇਨਟੇਨ ਕੀਤਾ ਜਾਊਗਾ ਅਤੇ ਕਿਸੇ ਨੂੰ ਵੀ ਮਾਹੌਲ ਖਰਾਬ ਕਰਨ ਦੀ ਕੋਈ ਇਜਾਜ਼ਤ ਨਹੀਂ ਹੈਗੀ। ਜਿਹੜਾ ਕੋਈ ਇਹੋ ਜਿਹਾ ਕਰੂਗਾ ਉਹਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ। ਸਰ, ਚੁੱਕ ਕਿੱਥੇ ਹੋਈ ਹੈ ਕਿਉਂਕਿ ਬਾਕੀ ਬੰਦੇ ਫੜੇ ਗਏ, ਅੰਮ੍ਰਿਤਪਾਲ ਜਿਹੜਾ ਕਿ ਫਰਾਰ ਹੋ ਗਏ ਸਰ? ਨਹੀਂ, ਚੁੱਕ ਤੋਂ ਨਹੀਂ ਕਹਿ ਸਕਦੇ, ਚੋਰ ਪੁਲਿਸ ਦਾ ਗੇਮ ਹੈਗਾ, ਸਮ ਟਾਈਮ ਉਹ ਭੱਜਣ 'ਚ ਕਾਮਯਾਬ ਹੋ ਜਾਂਦੇ, ਬਟ ਅਲਟੀਮੇਟਲੀ ਅਸੀਂ ਬਹੁਤ ਜਲਦੀ ਉਹਨੂੰ ਇਹਦੀ ਗੱਡੀ ਦੀ ਚੇਂਜਿੰਗ ਹੋ ਰਹੀ ਸੀ, 20-25 ਕਿਲੋਮੀਟਰ ਇਹਦੀ ਚੇਂਜਿੰਗ ਹੋਈ ਹੈ। ਉਸ ਤੋਂ ਬਾਦ ਕਿਉਂਕਿ ਫਰੰਟ 'ਤੇ ਸੀਗਾ ਤਾਂ ਨੈਚੁਰਲੀ ਉਹਦਾ ਐਡਵਾਂਟੇਜ ਸੀਗਾ, ਨਾਲੇ ਉੱਥੇ ਸੜਕ 'ਤੇ ਜਿਹੜਾ ਗਲੀਆਂ ਬਹੁਤ ਹੀ ਭੀੜੀ ਸੀਗੀ, ਜਿਹਦੇ ਉਹਦੇ ਐਂਟਰੀ ਕਰਕੇ ਬਾਅਦ 'ਚ ਇਹਦੇ ਆਪਣੀ ਗੱਡੀ ਚੇਂਜ ਕਰਕੇ ਕਿਸੇ ਤਰੀਕੇ ਨਾਲ ਨਿਕਲ ਗਿਆ। ਬਟ ਬਾਕੀ ਅਸੀਂ ਜਿਹੜੇ ਸਾਰੇ ਮੈਂਬਰ ਸੀਗੇ ਸਾਰੇ ਵੈਪਨ ਸੀਗੇ ਉਹ ਅਸੀਂ ਉੱਥੇ ਦੋ ਗੱਡੀਆਂ ਜਿਹੜੀਆਂ ਡਰਾਈਵਰ ਸੀ ਉਹ ਕਬਜ਼ੇ 'ਚ ਅਸੀਂ ਲੈ